ਸੱਜਣ ਅਕਬਰਪੁਰੀ ਸੋ ਅੱਜ ਸਾਡੇ ਘਰ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੁਖਮਣੀ ਸਾਹਿਬ ਦਾ ਪਾਠ ਕੀਤਾ ਜਾਣਾ। ਸੋ ਨੀਚੇ ਹਲਵਾਈ ਲੱਗ ਗਏ ਨੇ, ਇੱਥੋਂ ਸਾਰੀ ਤਿਆਰੀ ਅਸੀਂ ਕਰ ਲਈ ਹੈ। ਚੰਦੋਆ ਸਾਹਿਬ ਲਾਉਣ ਵਾਸਤੇ ਆ ਗਿਆ ਸਮਾਨ ਸਾਰਾ, ਅਤੇ ਪਾਠ ਕਰਾਵਾਂਗੇ ਅੱਜ ਸੁਖਮਣੀ ਸਾਹਿਬ ਦਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ। ਸੋ ਤੁਹਾਨੂੰ ਦਿਖਾਵਾਂਗੇ, ਨੀਚੇ ਹਲਵਾਈ ਲੱਗੇ ਹੋਏ ਨੇ, ਗਰਮ ਗਰਮ ਪਕੌੜੇ ਕੱਢ ਰਹੇ ਨੇ, ਉਹ ਵੀ ਤੁਹਾਨੂੰ ਦਿਖਾਵਾਂ। ਛੋਟੂ ਆਇਆ ਉੱਠ ਕੇ ਦੇਖੀ ਸੁੱਤਾ ਹੋਇਆ। ਹਾਂ ਬਣ ਗਏ ਗਰਮਾ ਗਰਮ ਪਕੌੜੇ। ਅੱਛਾ ਜਾਂਦਾ ਵਾ ਖੁੱਲਣ ਦੀ ਦੁਕਾਨ, ਕਿੰਨੀ ਹੋਣੀ ਚਾਹੀਦਾ? ਇਹ ਬਣਨ ਲੱਗੇ ਹੁਣ ਗਰਮ ਗਰਮ ਪਕੌੜੇ। ਏਦਾਂ ਬਣਦੇ ਜੀ ਪਕੌੜੇ, ਦੇਖੋ ਪਹਿਲਾਂ ਕੱਚੇ ਕੱਢ ਕੇ ਰੱਖਣੇ ਪੈਂਦੇ ਆ, ਰੱਖੇ ਹੋਏ ਕੱਚੇ ਕੱਢ ਕੇ ਕੱਚੇ ਪਕੌੜੇ ਦਿਖਾਉਣਾ। ਕੱਚੇ ਪਕੌੜੇ ਫਟਾਫਟ ਪੱਕੇ ਹੋ ਜਾਣੇ ਕੱਚਾ ਸੰਗਤ ਨਾਲ। ਆ ਗਿਆ ਸ਼ਾਨ ਸਲੰਡਰ, ਚਾਹ ਰੱਖੀ ਹੋਈ ਆ ਇੱਧਰ ਸਾਡੇ ਗੋਗਾ ਜੀ ਲੱਗੇ ਹੋਏ, ਬੀਬੀ ਖੜੀ ਇੱਧਰ, ਛੋਟੂ ਖੜਾ ਇੱਧਰ, ਸਾਡਾ ਭਾਂਡਿਆਂ ਦਾ ਸਿਸਟਮ ਭਾਂਡੇ ਧੋਣ ਵਾਸਤੇ। ਦੂਰ ਅੱਛਾ ਆਪਣਾ ਚਿਹਰਾ, ਸਾਡੇ ਬੰਤ ਜੀ ਰੇੜੂਆ ਲਾ ਰਹੇ ਨੇ ਉੱਪਰ, ਰੇੜੂਆ ਕਹਿੰਦੇ ਹੁੰਦੇ ਪਿੰਡਾਂ 'ਚ, ਰੇੜੂਆ ਲੱਗ ਗਿਆ ਉਹ ਲਾ ਰਹੇ ਨੇ ਰੇੜੂਆ ਉਹਦੇ। ਇਹ ਸਪੀਕਰ ਚੰਗੀ ਤਰ੍ਹਾਂ ਬੰਨਿਆ ਜਾਂਦਾ ਉੱਤੇ, ਪਹਿਲਾਂ ਕੋਠੇ 'ਤੇ ਬੰਨ ਰਿਹਾ ਸਾਡੇ ਬੰਤ ਭਾਅ ਜੀ, ਹੁਣ ਤਾਰ ਸੁੱਟ ਰਹੇ ਨੇ ਦੂਏ ਪਾਸੇ ਕਿਉਂਕਿ ਗਲੀ ਤੋਂ ਪਾਰ ਤਾਰ ਕੀਤੀ ਜਾਣੀ ਹੈ। ਚਲੋ ਉੱਧਰ ਚਲੋ, ਮੈਂ ਡੱਕਾ ਪਾ ਦਾ, ਮੈਂ ਡੱਕਾ ਪਾ ਦਾ ਲੱਗੇ ਇੱਧਰ। ਚਾਨਣੀ ਲਗਾਈ ਜਾ ਰਹੀ ਹੈ ਕਿਉਂਕਿ ਧੁੱਪ ਵੀ ਆਉਣ ਵਾਲੀ ਆ, ਧੁੱਪ ਆਉਂਦੀ ਆ ਤਾਂ ਫਿਰ ਸੰਗਤ ਜਿੱਥੇ ਬੈਠੀ ਹੋਏਗੀ ਉਹਨਾਂ ਨੂੰ ਧੁੱਪ ਲੱਗੇਗੀ, ਇਸ ਕਰਕੇ ਹੁਣ ਇੱਥੇ ਚਾਨਣੀ ਲਗਾਈ ਜਾ ਰਹੀ ਆ। ਕਿਤੇ ਬੰਨਣ ਵਾਸਤੇ ਜਗ੍ਹਾ ਨਹੀਂ, ਬੜੀ ਔਖੀ ਸੈਟਿੰਗ ਕਰਨ ਲੱਗੇ ਮੁੰਡੇ, ਦੇਖਦੇ ਉਹਨੂੰ ਕਿੱਥੇ ਬੰਨਦੇ ਉਹਨੂੰ। ਹਾਂ ਇੱਥੇ ਐਂਗਲ 'ਤੇ ਬੰਨਦੇ ਬੰਨਦੇ ਠੀਕ ਹੈ। ਲਓ ਜੀ ਕੱਚੇ ਪਕੌੜੇ, ਮਿੰਜਾ ਭਰਿਆ ਪਿਆ ਅਤੇ ਇੱਧਰ ਤੇਲ ਉਬਾਲੀਆਂ ਮਾਰ ਰਿਹਾ, ਅਤੇ ਇੱਧਰ ਦੇਖੋ ਇਹ ਬ੍ਰੈਡ ਭਰੇ ਜਾ ਰਹੇ ਨੇ, ਇਹਨਾਂ ਦੇ ਵਿੱਚ ਮਟੀਰੀਅਲ ਭਰ ਕੇ ਫਿਰ ਇਹਨੂੰ ਬੇਸਣ ਲਗਾ ਕੇ
ਫਿਰ ਤਲੇ ਜਾਣੇ। ਇੱਧਰ ਗੋਗਾ ਬਾਈ MBBS ਪੂਰੇ ਐਕਸਾਈਟਡ ਹੋਏ ਹੋਏ ਨੇ। ਇੱਧਰ ਸਾਡੇ ਹਲਵਾਈ ਸਾਹਿਬ ਦੇਖੋ ਕਰਮਾ ਭਾਅ ਜੀ ਇਹ ਬੇਸਣ ਪਾ ਰਹੇ ਨੇ ਟੱਬ ਦੇ ਵਿੱਚ। ਲਓ ਜੀ ਹੁਣ ਬੇਸਣ ਦੇ ਵਿੱਚ ਪਾਣੀ ਪਾ ਦਿੱਤਾ ਕਰਮਾ ਭਾਅ ਜੀ ਨੇ, ਖਿੱਚਿਆ ਪਿਆ ਗਾ ਮੈਂ ਇਹਨਾਂ ਨੇ, ਮਿਕਸ ਕਰ ਰਹੇ ਨੇ ਹੁਣ। ਲਓ ਜੀ ਭਰੇ ਹੋਏ ਬ੍ਰੈਡਾਂ ਨੂੰ ਬੇਸਣ ਲਗਾ ਕੇ ਹੁਣ ਘੀ ਦੇ ਵਿੱਚ ਤਲਣ ਦੇ ਵਾਸਤੇ ਛੱਡਿਆ ਜਾ ਰਿਹਾ। ਜਿਵੇਂ ਪਹਿਲਾਂ ਕੱਚੇ ਪਕੌੜੇ ਕੀਤੇ ਸੀ ਇੱਦਾਂ ਹੀ ਇਹ ਬ੍ਰੈਡ ਵੀ ਕੱਚੇ ਕਰਕੇ ਰੱਖ ਲੈਣੇ ਆ। ਜਦੋਂ ਸੰਗਤ ਆਏਗੀ ਤਾਂ ਪਕੌੜਿਆਂ ਨੂੰ ਚੰਗੀ ਤਰ੍ਹਾਂ ਫਿਰ ਰਾੜ ਕੇ ਸੰਗਤ ਵਿੱਚ ਵਰਤਾਇਆ ਜਾਣਾ ਹੈ। ਲਓ ਜੀ ਹੁਣ ਤਿਆਰੀਆਂ ਹੋ ਰਹੀਆਂ ਨੇ, ਚੰਦੋਆ ਸਾਹਿਬ ਲਗਾਇਆ ਜਾ ਰਿਹਾ, ਮਹਾਰਾਜ ਦਾ ਸਰੂਪ ਲੈਣ ਜਾਣਾ। ਉਸ ਤੋਂ ਪਹਿਲਾਂ ਪੂਰੀ ਤਿਆਰੀ ਕਰਕੇ ਜਾਵਾਂਗੇ ਚੰਦੋਆ ਸਾਹਿਬ ਲਾ ਕੇ। ਲਓ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ। ਗੁਰੂ ਮਹਾਰਾਜ ਤੋਂ ਇਜਾਜ਼ਤ ਲੈ ਕੇ ਮਹਾਰਾਜ ਦਾ ਸਰੂਪ ਲੈ ਕੇ ਜਾਵਾਂਗੇ, ਕਿਉਂਕਿ ਆਗਿਆ ਲੈਣੀ ਜ਼ਰੂਰੀ ਹੁੰਦੀ ਆ। ਹੁਣ ਜਾ ਕੇ ਉੱਪਰ ਦਰਬਾਰ ਸਾਹਿਬ ਪਹੁੰਚ ਕੇ ਅਤੇ ਮਹਾਰਾਜ ਤੋਂ ਆਗਿਆ ਲੈ ਕੇ ਗੁਰੂ ਮਹਾਰਾਜ ਦਾ ਸਰੂਪ ਫਿਰ ਅਸੀਂ ਘਰ ਨੂੰ ਲੈ ਕੇ ਜਾਵਾਂਗੇ। ਪਹਿਲਾਂ ਅਰਦਾਸ ਕੀਤੀ ਜਾਵੇਗੀ ਅਨੀ ਜੀ ਵੱਲੋਂ, ਉਜਾਗਰ ਸਿੰਘ ਜੀ ਗਿਆਨੀ ਜੀ। ਜਦੋਂ ਕੋਈ ਵੀ ਆਪਣੇ ਘਰ ਪਾਠ ਕਰਵਾਉਂਦਾ ਤਾਂ ਬਹੁਤ ਹੀ ਵਿਧੀ ਦੇ ਨਾਲ ਪੂਰੇ ਸਤਿਕਾਰ ਦੇ ਨਾਲ ਤਿਆਰੀ ਕੀਤੀ ਜਾਂਦੀ ਹੈ ਔਰ ਫਿਰ ਅਰਦਾਸ ਕੀਤੀ ਜਾਂਦੀ ਹੈ। ਗੁਰੂ ਮਹਾਰਾਜ ਦਾ ਪਾਵਨ ਪਵਿੱਤਰ ਸਰੂਪ ਲਿਜਾਣ ਤੋਂ ਪਹਿਲਾਂ ਅਰਦਾਸ ਕੀਤੀ ਜਾਂਦੀ ਹੈ, ਇਜਾਜ਼ਤ ਲਿੱਤੀ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਨੇਹਾ
ਸਾਸ਼ਿਆਕਾਲ ਸਤਸੰਗ ਜੀ ਪਾਠ ਹੋ ਗਿਆ ਹੈ। ਗੁਰੂ ਮਹਾਰਾਜ ਦਾ ਸਰੂਪ ਗੁਰਦੁਆਰਾ ਸਾਹਿਬ ਛੱਡਣ ਜਾ ਰਹੇ ਹਾਂ। ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ। ਸੁਖਮਣੀ ਸਾਹਿਬ ਦਾ ਪਾਠ ਹੋ ਗਿਆ ਹੈ।
ਅਤੇ ਮਹਾਰਾਜ ਦਾ ਸਰੂਪ ਅਸੀਂ ਗੁਰਦੁਆਰਾ ਸਾਹਿਬ ਸਤਿਕਾਰ ਦੇ ਨਾਲ ਛੱਡ ਕੇ ਆਏ ਹਾਂ।